ਇਸਲਾਮ ਚੁੱਕ ਦਿੱਤਾ ਵਾ ਨਾ, ਕਿਸ ਤਰ੍ਹਾਂ ਭਰ ਕੇ ਇਸਲਾਮ ਕਹੋ ਵੀ ਐਂਡ ਤੱਕ ਇਸਲਾਮ ਜਾਵੇ। ਛੰਡਵਾ ਉਹ ਬੰਦਾ ਕਵੇ ਯਾਰ ਤੁਹਾਡਾ ਸਲਾਮ ਇੱਥੇ ਤੱਕ ਆ ਗਿਆ ਯਾਰ। ਚਲੋ ਯਾਰ ਜਲਦੀ ਕਰੋ ਨਾ, ਸਲਾਮ ਕਰੋ ਨਾ ਤੇਰਾ। ਸਲਾਮ ਪਹੁੰਚਿਆ ਭੈਣ? ਆਜੋ ਇੱਧਰ, ਤੁਹਾਨੂੰ ਛਾਪੜ ਚ ਪਵਾ ਦਈਏ। ਸਲਾਮ ਖੁੱਲ ਕੇ ਕਰਨਾ ਤੇਰਾ, ਦੂਸਰਾ ਨੌਕਰ ਕਿੱਥੇ ਮਰ ਗਿਆ ਹੈ? ਪੱਪੂ ਕਿੱਥੇ ਮਰ ਗਿਆ? ਦੇਖ ਲੈ ਤਨਖਾਹ ਲੈਂਦਾ, ਕੰਮ ਨੀ ਕਰਦਾ। ਹੋਰ ਸੁਣਾਓ। ਹਾਂਜੀ, ਸ਼ਾਦੀ ਹੋਈ? ਸ਼ਾਦੀ ਨਹੀਂ, ਥੋੜੀ ਬਹੁਤੀ ਵੀ ਨਹੀਂ ਹੋਈ। ਐ ਕੀ ਭੈਣ ਪੇਸ਼ਕਾਰ, ਮੈਂ ਕੋਈ ਵੀ ਨਹੀਂ ਕਰ ਰਿਹਾ। ਦਫਾ ਦਫਾ ਦੂਰ, ਕੀ ਹੋ ਰਿਹਾ? ਮੈਂ ਸੱਪ ਤੂੰ ਮੈਂ ਕਿੱਥੋਂ ਨਿਕਲਣ ਲੱਗ ਗਿਆ? ਕਿੱਥੇ ਸੀ ਤੂੰ, ਕਿੱਥੇ ਸੀ ਪਹਿਲੇ ਮੈਨੂੰ ਦੱਸ। ਮੈਂ ਸਾਹਿਬ ਜੀ ਉਹ ਕਮਰੇ ਗੱਡੀ ਸਾਫ਼ ਕਰ ਰਿਹਾ ਸੀ। ਇਹ ਸਾਫ਼ ਕਰ ਰਿਹਾ ਸੀ ਗੱਡੀ ਦੀ? ਗੱਡੀ ਜਦੋਂ ਮੈਂ ਧੁਆ ਕੇ ਲਿਆ ਫਿਰ ਉਹਨੂੰ ਸਾਫ਼ ਕਰਨ ਦੀ ਕੀ ਲੋੜ ਸੀ ਤੈਨੂੰ? ਇਹਨੇ ਉਹਦੇ ਅੱਗੇ ਜਾ ਕੇ ਨਾ ਫੂਕ ਮਾਰੀ ਜੀ, ਉਹ ਤਾਂ ਮਿੱਟੀ ਪੈ ਗਈ। ਉਹ ਤੂੰ ਮੈਨੂੰ ਆਪਣਾ ਮਾਲਕ ਕਿਉਂ ਨਹੀਂ ਸਮਝਦਾ? ਵੈਸੇ ਹੀ ਅਖਲ ਥੱਲੇ ਕਰ, ਇਹ ਨਹੀਂ ਹੋਣੀ ਆ। ਇਹ ਕਿਉਂ ਨਹੀਂ ਹੋਣੀ ਆ? ਪੱਠਿਆਂ ਦਾ ਮਸਲਾ? ਕਿਹੜੇ ਪੱਠੇ? ਆ ਕੌਣ? ਉਧਰ ਵੇਖ, ਉਹਨੂੰ ਕਰਾਣੀ ਆਈ ਹੈ। ਮੈਂ ਮਹਿਮਸ਼ ਨੂੰ ਮਿਲਣ ਆਈ ਆ। ਅੱਛਾ ਜੀ, ਅੱਛਾ ਜੀ। ਉਹ ਸਹੇਲੀ, ਉਹਦੀ ਸਹੇਲੀ? ਸਹੇਲੀਆਂ ਮੇਰੀਆਂ, ਉਹਦੀ। ਗੱਲ ਤੁਹਾਡੇ ਮੂੰਹ ਅਜਨਬੀ ਜੀ ਲੱਗਦੀ ਹੈ। ਚਲੋ ਮੇਰੇ ਵਰਗੇ ਬੱਚੇ ਕਹਿਣਾ, ਉਹਨੂੰ ਪਤਾ ਹੀ ਹੈ ਸੈਕੰਡ ਈਅਰ ਦਾ ਸਟੂਡੈਂਟ ਆ। ਇਸ ਤਰ੍ਹਾਂ ਕਰਨਾ ਜੀ, ਜਿਸਮਾਨੀ ਕੈਫੀਅਤ ਕੁਆਰਾ ਕੁਆਰੀ ਦਾ ਰਿਜ਼ਲਟ ਨਹੀਂ ਦੇ ਰਹੀ, ਗੈਰ ਸ਼ਾਦੀ ਸ਼ੁਦਾ। ਸ਼ਾਦੀ ਵਾਕਈ ਨਹੀਂ ਹੋਈ ਜੀ? ਨਹੀਂ, ਸਾਡੀ ਦੇ ਸੁੱਤੇ ਆ ਪਏ, ਸ਼ਾਦੀ ਹੋ ਜਾਂਦੀ ਹੈ। ਉਹ ਕਿਸ ਨੂੰ? ਆ ਧੋਬੀ ਨੂੰ ਕੱਪੜੇ ਦੇਣ ਜਾਈਏ, ਗਾਲਾਂ ਕੱਢਣ ਲੱਗ ਜਾਂਦਾ। ਉਹ ਕਿਉਂ? ਕਹਿੰਦਾ ਕਾਜਲ ਨੂੰ ਤਾਂ ਪਤਾ ਲੱਗਦੀ, ਤੁਸੀਂ ਨੀਲਾ ਨੂੰ ਵੀ ਲਾ ਲਿਆਂਦੀ ਮਾਇਆ। ਹੋਰ ਸੁਣਾਓ ਜੀ, ਮੈਂ ਹੋਰ ਕੋਈ ਵੀ ਸ਼ਾਦੀ ਨਹੀਂ ਹੋਈ ਜੀ? ਨਹੀਂ, ਰਾਤ ਜਾਂਦੇ ਕਿਸੇ ਦੀ ਸ਼ਾਦੀ ਨੂੰ ਮਾੜਾ ਜਿਹਾ ਐ ਹੱਥ ਲੱਗਾ ਹੋਵੇ ਜੀ? ਨਹੀਂ, ਰਾਤ ਸੁੱਤੇ ਪਏ ਆ, ਸ਼ਾਦੀ ਦੇ ਉੱਤੇ ਖੁਰਕ ਹੋਈ ਹੋਵੇ? ਨਹੀਂ, ਤੂੰ ਬਿਮਾਰ ਆ ਫਿਰ ਚੁੱਕਰਵਾ ਕੇ। ਜਿਹੜੀਆਂ ਔਰਤਾਂ ਵਿਆਹ ਤੋਂ ਪਹਿਲੇ ਮੌਜ ਮਸਤੀ ਕਰਦੀਆਂ ਨਾ, ਉਹਨਾਂ ਦੇ ਬੱਚਿਆਂ ਦੇ ਮੂੰਹ ਇੰਜ ਹੀ ਹੁੰਦੇ ਜਿਵੇਂ ਪਲਾਸਟਿਕ ਦੇ ਲੋਟੇ ਘੁੱਟੇ ਆ। ਹੁਣ ਮੈਂ ਝੂਠ ਬੋਲ ਕੇ ਤੇ ਮੂੰਹ ਕਾਲਾ ਕਰਾ ਨਹੀਂ ਸਕਦਾ। ਸਿਆਣੇ ਸੱਚ ਹੀ ਕਹਿੰਦੇ ਆ। ਕੀ ਕਹਿੰਦੇ ਨੇ? ਆਪਣੇ ਸਿਆਣਿਆਂ ਨੂੰ ਪੁੱਛੋ ਮਰ ਗਿਆ ਆ।
काम बात पता क्या है? ओए ओए क्या 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 जेलस हो रहे हम दोनों से आपको? एक तो कुदरती लांत पई है, वो तो जान बुझ के आप सदा भेजता भी आ जा मेरे ते पैजा 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 किसे कचर मचर रोता बच्चा। ईद पढ़न गए असि वजू करके सफा दे आ गए, अच्छा टूटियां ते बैठा ते मैं हकड़ की ले आंदा नहीं, नक च पानी नहीं जा रहा ते लेकिन जहीन आदमी किस तरह इन्हें पहले बूझ पानी पाया फिर करता। ਆਓ ਮੈਂ ਤੁਹਾਨੂੰ ਮਹਿਵਿਸ਼ ਨੂੰ ਬੁਲਾਵਾਂ ਜੀ। ਆ ਮਹਿਵਿਸ਼ ਨਾਮ ਦੇ ਕਮਰੇ ਦੇ ਵਿੱਚ ਹੈ, ਸਾਰੀ ਲੈ ਗਿਆ ਵੇ ਜੀ ਲੈ ਗਈ ਮਾਮਾ ਜੀ ਚਾਚਾ ਜੀ ਚਾਚਾ ਜੀ ਉਹ ਤੁਹਾਡਾ ਕਿਲਾ ਚਾਚਾ ਜੀ ਚਾਚਾ ਜੀ ਚਾਚਾ ਜੀ ਪਹਿਲਾਂ ਮੈਂ ਲੈਣੀ ਹੈ ਤੇ ਜਿਹੜੀ ਛੋਟੀ ਹੈ ਮੈਂ ਲੈਣੀ ਹੈ ਮਹਿਵਿਸ਼। ਮਾਮਾ ਜੀ ਅੰਮੀ ਮਰਦੇ ਵਕਤ ਕਹਿ ਗਈ ਸੀ ਮਾਮੇ ਦੀ ਕੁੜੀ ਲੈ ਲਈ ਛੋਟੀ ਛੋਟੀ ਡੱਡੂ ਚਾਰਜਰ ਤੁਹਾਨੂੰ ਕਹਿ ਰਿਹਾ ਮੇਰੀ ਤਾਂ ਗੱਲ ਕੋਈ ਹਾਂਜੀ ਹਾਂਜੀ ਕੌਣ ਆ? ਇੱਕ ਮਿੰਟ ਯਾਰ ਹਾਂਜੀ ਉਹ ਮੇਰਾ ਯਾਰ ਮੇਰਾ ਚੌਧਰੀ ਯਾਰ ਉਹ ਯਾਰ ਤੇਰਾ ਓਏ ਇੰਨੇ ਅਰਸੇ ਬਾਅਦ ਮੇਰੀ ਯਾਦ ਆਈ ਤੈਨੂੰ ਹੈ। ਅੱਛਾ ਕੀ ਤੇਰਾ ਮੁੰਡਾ ਇੱਧਰ ਆ ਰਿਹਾ ਮੇਰੇ ਵੱਲ? ਅੱਛਾ ਅੱਛਾ ਬੱਚੀ ਨੂੰ ਬੱਚੀ ਲੋ ਅੱਛਾ ਅੱਛਾ ਚਲ ਕੋਈ ਗੱਲ ਨੀ ਤੁਹਾਡਾ ਆਪਣਾ ਹੀ ਘਰ ਹੈ ਭੇਜੋ ਭੇਜੋ ਚੌਧਰੀ ਸਾਹਿਬ ਉਹ ਸਾਡੇ ਵਾਸਤੇ ਉਹ ਵੀ ਚੌਧਰੀ ਹੈ। ਮੇਰਾ ਯਾਰ ਆ ਯਾਰ ਕੀ ਕਹਿੰਦਾ? ਕਹਿੰਦਾ ਕੰਜਰਾਂ ਦੀ ਆਵਾਜ਼ ਸੁਣਨੀ। ਕੀ ਗੱਲ ਤੇਰੇ ਮੁਤਮੈਨ ਨਹੀਂ ਹੋਇਆ? ਨਹੀਂ ਕਹਿੰਦਾ ਤਿੰਨ ਚਾਰ ਜਣੇ ਆਉਣ ਲਗਾ ਹੁੰਦਾ ਕਹਿੰਦਾ ₹1,000 ਥੋੜਾ ਵਾ 100 ਮੈਨੂੰ ਦੇ ਚੱਲ ਆ ਕੁਛ ਨੀ ਸਕਦੀ ਟਿਕਟਾਂ ਲਵਾਇਆ ਇੰਨੀ ਕੁ ਦਰਦ ਹੋਣੀ ਆ ਚੁਸਤ ਕੁੱਤੀ ਦੇ ਮੂੰਹ ਵਾਲੇ ਆ ਤੈਨੂੰ ਸਮਝ ਨੀ ਆਉਂਦੀ
ਮੈਂ ਕੋਈ ਕੁੰਡੀ ਨਹੀਂ ਲੱਗਣੀ। ਮਾਮਾ